ਸਾਤ ਸੰਗਤ ਜੀਓ ਭਾਈ ਅਮਰਿਤਪਾਲ ਸਿੰਘ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਵੀ ਕਰਦੇ ਨੇ ਪਤਾ ਲੱਗਿਆ ਸੰਗਤ ਤੋਂ ਸੋ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਜੀ ਬਹੁਤ ਸਵਾਲ ਨੇ ਸਾਧ ਸੰਗਤ ਸੰਗਤ ਨੇ ਖਾਸ ਕਰ ਸਾਡੇ ਨੌਜਵਾਨਾਂ ਨੇ ਬਹੁਤ سارے ਸਵਾਲ ਇਸ ਵਿਸ਼ੇ ਤੇ ਕੀਤੇ ਨੇ ਤੇ ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਜ਼ਰੂਰ ਇਹ ਬੇਨਤੀਆਂ ਜਿਹੜੀਆਂ ਨੇ ਉਹ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਮੇਰਾ ਕਰਨ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਦਸਮ ਗ੍ਰੰਥ ਦੀ ਬਾਣੀ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਜਿਹੜੇ ਐਂਟੀ ਨੇ ਨਾ ਉਹ ਟਿੜ ਜਾਂਦੇ ਨੇ ਦਸਮ ਦੀ ਬਾਣੀ ਦਾ ਨਾਮ ਕਿਉਂ ਲੈ ਲਿਆ ਮੈਨੂੰ ਹਰਾਨਗੀ ਹੁੰਦੀ ਹੈ ਵੀ ਦਸਮਤੋਂ ਇੰਨੀ ਚਿੜ ਕਿਉਂ ਐ ਦਸਮ ਗ੍ਰੰਥ ਦੀ ਬਾਣੀ ਤੋਂ ਇੰਨੀ ਖਿਜ਼ਾਹਟ ਕਿਉਂ ਐ ਸਾਨੂੰ ਅਸੀਂ ਦਸਮ ਗ੍ਰੰਥ ਦੀ ਬਾਣੀ ਕਹਿੰਦੇ ਜੀ ਅਸੀਂ ਨਹੀਂ ਪੜਦੇ ਜੀ ਇਹ ਤੇ ਬਾਣੀ ਉਹ ਹੈ ਨਹੀਂ ਜਿਨ੍ਹਾਂ ਨੂੰ ਪੜ੍ਹਨੇ ਨਹੀਂ ਆਉਂਦੀ ਉਹ ਇਹ ਤਰਕ ਲੈ ਕੇ ਬਹਿ ਜਾਂਦੇ ਨੇ ਦਸਮ ਦੀ ਬਾਣੀ ਨਹੀਂ ਹੈਗੀ ਜੀ ਕਿਹੜਾ ਕਹਿੰਦਾ ਦਸਮ ਦੀ ਬਾਣੀ ਨਹੀਂ ਹੈਗੀ ਜੇ ਦਸਮ ਦੀ ਬਾਣੀ ਨਹੀਂ ਹੈਗੀ ਤੇ ਜਾ ਕੇ ਤੁਸੀਂ ਹਜੂਰ ਸਾਹਿਬ ਵਾਲਿਆਂ ਨੂੰ ਰੋਕੋ ਤੇ ਜੇ ਦਸਮ ਦੀ ਬਾਣੀ ਨਹੀਂ ਹੈਗੀ ਤੇ ਜਾ ਕੇ ਤੁਸੀਂ ਰਹਿਤ ਮਰਜਾਦਾ ਦੇ ਵਿੱਚ ਸੋਧ ਕਰਾਓ ਉੱਥੇ ਵੀ ਤਾਂ ਲਿਖਿਆ ਹੋਇਆ ਵੀ ਇਹ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਹੈ ਤੇ ਆਪਾਂ ਤਿੰਨ ਬਾਣੀਆਂ ਦਸਮ ਦੀ ਪੜਦੇ ਆਂ ਤੇ ਅੰਮ੍ਰਿਤ ਸੰਚਾਰ ਜਦੋਂ ਹੁੰਦਾ ਹੈ ਤੇ ਪਿਆਰਿਓ ਉੱਥੇ ਵੀ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਹੀ ਪੜੀਆਂ ਜਾਂਦੀਆਂ ਨੇ ਦਸਮ ਗ੍ਰੰਥ ਸਹਿਬ ਉਹ ਸੱਚੇ ਪਾਤਸ਼ਾਹ ਦੀ ਕਲਮ ਹੈ ਜਿਹੜਾ ਜਫਰ ਨਾਮ ਹੈ ਉਹ ਵੀ ਦਸਮ ਗ੍ਰੰਥ ਦਾ ਹੀ ਹੈ ਜਿਹੜਾ ਔਰੰਗਜ਼ੇਬ ਨੂੰ ਭੇਜਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵੀ ਦਸਮ ਗ੍ਰੰਥ ਦਾ ਹੀ ਹੈ ਪੜਿਆ ਕਰੋ ਤਰਕ ਬਹੁਤ ਨੇ ਪਰ ਅਸੀਂ ਸਮਝ ਹੀ ਨਹੀਂ ਪਾਏ ਸਾਡੀ ਕੌਮ ਦੋ ਹੀ ਵਿਸ਼ਿਆਂ 'ਚ ਉਲਝ ਕੇ ਰਹੇਗੀ ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ ਤੇ ਰਾਗ ਮਾਲਾ ਬਾਣੀ ਨਹੀਂ ਹੈਗੀ ਜੀ ਮੂਲ ਮੰਤਰ ਗੁਰਪ੍ਰਸਾਦ ਤੱਕ ਕਰਨਾ ਜੀ ਨਾਨਕ ਹੋਸੀ ਵੀ ਸੱਚ ਤੱਕ ਨਹੀਂ ਕਰਨਾ ਹੁਣ ਦੂਜੇ ਕਹਿੰਦੇ ਜੀ ਨਾਨਕ ਹੋਸੀ ਵੀ ਸੱਚ ਤੱਕ ਕਰਨਾ ਗੁਰਪ੍ਰਸਾਦ ਤੱਕ ਨਹੀਂ ਹੈਗਾ ਮੈਂ ਕਹਿੰਦਾ ਕਰੋ ਤੇ ਸਹੀ ਕੋਈ ਚਾਹੇ ਗੁਰਪ੍ਰਸਾਦ ਤੱਕ ਕਰੋ ਚਾਹੇ ਨਾਨਕ ਹੋਸੀ ਭੀ ਸੱਚ ਤੱਕ ਕਰੋ ਉਹ ਕਰੋ ਤੇ ਸਹੀ ਰੌਲਾ ਤੇ ਸਾਰੇ ਪਾਉਂਦੇ ਨੇ ਕਰਕੇ ਤੇ ਵਿਖਾਓ ਜੇ ਪੁੱਛੀਏ ਕਿੰਨੇ ਵਾਰ ਕਰਿਆ ਕਰਿਆ ਨਹੀਂ ਜੀ ਹੈਗਾ ਦੁਬਦਾ ਜੀ ਪਈ ਹੋਈ ਐ ਉਹ ਦੁਬਦਾ ਤਾਂ ਹੀ ਲੋਟ ਹੋਊਗੀ ਜੇ ਕਰਾਂਗੇ ਗੁਰੂ ਪਾਰ ਸਾਹਿਬ ਵੀ ਰਾਹ ਦਿਖਾਉਣਗੇ ਤੇ ਦੂਜੀ ਬੇਨਤੀ ਮੈਂ ਕਰਾਂ 10 ਮਗੰਥ ਦੇ ਮੈਂ 10 ਮਨੂਣੀ ਮੰਨਦਾ ਜੀ ਜੇ ਤੂੰ ਨਹੀਂ ਮੰਨਦਾ ਤੈਨੂੰ ਮਨਾ ਕੇ ਅਸੀਂ ਲੈਣਾ ਵੀ ਕੀ ਐ ਤੇਰੇ ਨਾ ਮੰਨਣ ਨਾਲ ਕਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਰਹੂਗੀ ਜਾਂ ਉਹ ਦਸਮ ਗ੍ਰੰਥ ਦੀ ਬਾਣੀ ਨਹੀਂ ਰਹੂਗੀ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਤੋਂ ਲਿਖਿਆ ਹੋਇਆ ਉਹ ਪਾਵਨ ਗ੍ਰੰਥ ਨਹੀਂ ਰਹੇਗਾ ਕੀ ਕਰੀਏ ਇਹ ਦਸਮ ਗ੍ਰੰਥ ਦਾ ਜੀ ਪਤਾ ਜੀ ਉਹਨਾਂ ਨਿਰਮਲੇ ਸਾਧੂਆਂ ਨੇ ਲਿਖਤਾ ਕਿਹੜੇ ਸਾਧੂਆਂ ਨੇ ਲਿਖਤਾ ਕੋਈ ਪ੍ਰੂਫ ਹੈ ਸਾਡੇ ਕੋਲੇ ਨਾ ਜੀ ਕੋਈ ਪ੍ਰੂਫ ਨਹੀਂ ਲਾਇਬ੍ਰੇਰੀਸ ਫਿਰ ਐਵੇਂ ਛੱਡੀ ਜਾਂਦੇ ਹਾਂ ਬੱਚ ਤੀਰ ਦਸਮ ਗ੍ਰੰਥ ਦੀ ਬਾਣੀ ਕਿਉਂ ਨਹੀਂ ਹੈਗੀ ਕਦੇ ਹਜ਼ੂਰ ਸਾਹਿਬ ਦਾ ਇਤਿਹਾਸ ਪੜ੍ਹੀਏ ਹਜ਼ੂਰ ਸਾਹਿਬ ਜਾ ਕੇ ਦਸਮ ਦਸਮ ਬਾਣੀ ਜਿਹੜੀ ਹੈ ਉਹਦੀ ਸੰਪੂਰਨਤਾ ਹੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਰ ਸੰਗਤ ਐਵੇਂ ਨਾ ਹਵਾ ਦੇ ਵਿੱਚ ਤੀਰ ਚੱਕਿਆ ਕਰੋ ਵੀ ਦਸਮ ਦੀ ਬਾਣੀ ਨਹੀਂ ਹੈਗੀ ਜੀ ਨਹੀਂ ਹੈਗੀ ਸੋ ਨਹੀਂ ਪਿਆਰਿਓ ਉਹ ਦਸਮ ਦੀ ਬਾਣੀ ਹੈ ਇਹ ਤਰਕ ਦਾ ਵਿਸ਼ਾ ਨਹੀਂ ਇਹ ਪਿਆਰ ਦਾ ਵਿਸ਼ਾ ਹਾਂ ਜੇ ਨਹੀਂ ਪਤਾ ਤੇ ਪੁੱਛੋ ਜੇ ਹੁਣ ਬੰਦਾ ਉਹੀ ਡਾਂਗ ਜਾ ਕੇ ਖੜ ਦੇ ਮੈਂ ਨਹੀਂ ਮੰਨਦਾ ਜੀ ਦਸਮ ਦੀ ਬਾਣੀ ਨੂੰ ਤੇ ਤੂੰ ਨਹੀਂ ਮੰਨਦਾ ਇਹਦਾ ਮਤਲਬ ਫਿਰ ਦਸਮ ਦੀ ਬਾਣੀ ਹੈ ਨਹੀਂ ਤੇ ਤੈਨੂੰ ਮਨਾ ਕੇ ਅਸੀਂ ਲੈਣਾ ਵੀ ਕੀ ਹੈ ਜੇ ਤੂੰ ਨਹੀਂ ਮੰਨਦਾ ਪੂਰਾ ਪੰਥ ਤੇ ਮੰਨਦਾ ਤਖਤ ਸਹਿਬਾਨ ਮੰਨਦੇ ਨੇ ਜੇ ਤੂੰ ਕੱਲਾ ਨਹੀਂ ਮੰਨਦਾ ਇਹ ਤੇਰੀ ਆਪਣੀ ਮਤ ਹੈ ਭਾਈ ਸਾਧ ਸੰਗਤ ਦਸਮ ਦੀ ਬਾਣੀ ਹੈ ਕਈ ਸਾਡੇ ਇਹੋ ਜਿਹੇ ਪ੍ਰਚਾਰਕ ਨੇ ਮੈਨੂੰ ਮਾਫ ਕਰਿਓ ਢੜਰੀਆਂ ਵਾਲੇ ਵਰਗੇ ਇੰਦਰ ਸਿੰਘ ਅੱਗੇ ਵਰਗੇ ਨੇਕੀ ਵਰਗੇ ਇਹ ਇਹੋ ਜੇ ਨੀਚ ਬੰਦੇ ਜਿਹੜੇ ਕਹਿੰਦੇ ਆ ਜੀ ਦਸਮ ਦੀ ਬਾਣੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੱਧੀ ਬਾਣੀ ਮਿਕਸ ਕੀਤੀ ਹੋਈ ਹੈ ਤੇ ਇਹੋ ਜੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਵੀ ਉਂਗਲ ਉਠਾਉਂਦੇ ਨੇ ਇਹ ਉਹ ਲੋਕ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਪੰਜਾ ਲਾਏ ਹੋਏ ਜਿੱਥੇ ਗੁਰਦੁਆਰਾ ਪੰਜਾ ਸਹਿਬ ਹੈ ਜਿੱਥੇ ਮਹਾਰਾਜ ਨੇ ਪੰਜਾ ਲਾ ਕੇ ਪੱਥਰ ਰੋਕਤਾ ਸੀ ਉਸ ਚੀਜ਼ ਤੇ ਉਸ ਇਤਿਹਾਸ ਤੇ ਵੀ ਸ਼ੰਕਾ ਕਰਦੇ ਨੇ ਹੈਰਾਨਗੀ ਹੁੰਦੀ ਹੈ ਵੀ ਇਹ ਲੋਕ ਇਹ ਲੋਕ ਇਹ ਉਹ ਨੇ ਜਿਹੜੇ ਪੰਥ ਦੇ ਵਿੱਚ ਦੁੱਬਦਾ ਪਾਉਣ ਨੂੰ ਛੱਡੇ ਹੋਏ ਨੇ ਹੈਰਾਨਗੀ ਹੁੰਦੀ ਹੈ ਬੜੀ ਹੈਰਾਨਗੀ ਹੈ ਜੀ ਇਹਨਾਂ ਲੋਕਾਂ ਤੇ ਸਾਧ ਸੰਗਤ ਗੁਰੂ ਨੇ ਸਾਨੂੰ ਇਹੋ ਜੇ ਸਿੱਖ ਨਹੀਂ ਬਣਾਇਆ ਭਾਵੇਂ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਆ ਗੁਰੂ ਪਰਸ਼ਾਣ ਨੇ ਤੇ ਸਾਨੂੰ ਇੱਕ ਬਣਾਇਆ ਸਾਨੂੰ ਅਲੱਗ ਅਲੱਗ ਨਹੀਂ ਬਣਾਇਆ ਇਹ ਬਖਰੇਵੇਂ ਗੁਰੂ ਨੇ ਨਹੀਂ ਦਿੱਤੇ ਇਹ ਬਖਰੇਵੇਂ ਅਸੀਂ ਆਪ ਪਾਏ ਆ ਢੱਡਰੀਆਂ ਵਾਲਾ ਕਹਿੰਦਾ ਜੀ ਮੈਨੂੰ ਇਹਨਾਂ ਨੇ ਵਿਗਾੜਿਆ ਇਹ ਮੇਰੇ 'ਚ ਨੁਕਸ ਕੱਢਦੇ ਨੇ ਮੈਂ ਬੇਨਤੀ ਕਰਾਂ ਜੇ ਤੇਰਾ ਪ੍ਰਚਾਰ ਭਾਈ ਇਹੋ ਜਿਹਾ ਜੇ ਤੁਸੀਂ ਇਹੋ ਜੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ 'ਚ ਨੁਕਸ ਕੱਢਦੇ ਨੇ ਲੈ ਤੁਹਾਡੇ 'ਚ ਕੋਈ ਨੁਕਸ ਨਾ ਹੋਵੇ ਇਹ ਕਹਿ ਕੇ ਵਿਖਾਉਣ ਕਿਹੜਾ ਕਹੂਗਾ ਲੈ ਅਸੀਂ ਤੁਹਾਡੀ ਸਪੋਰਟ 'ਚ ਖੜਾਗੇ ਆਣ ਕੇ ਕਹਿ ਕੇ ਦਿਖਾਵੇ ਕਿਹੜਾ ਕਹੂਗਾ ਤੁਹਾਨੂੰ ਨੇਕੀ ਵਰਗਿਆਂ ਦਾ ਸਾਥ ਛੱਡੋ ਘੱਗੇ ਵਰਗਿਆਂ ਦਾ ਸਾਥ ਹਾਂ ਤੁਸੀਂ ਤੇ ਘੱਗੇ ਵਰਗਿਆਂ ਨੂੰ ਸਟੇਜਾਂ ਤੇ ਬੁਲਾ ਕੇ ਸਨਮਾਨਿਤ ਕੀਤਾ ਜੀ ਜਿਹੜਾ ਬੰਦਾ ਦਸਮ ਦੀ ਬਾਣੀ ਤੇ ਕਿੰਤੂ ਕਰਦਾ ਸ਼ਰੇਆਮ ਉਹਦੀਆਂ ਵੀਡੀਓ ਵੇਖ ਲਿਓ ਜੀ ਦਸਮ ਦੀ ਬਾਣੀ ਦਾ ਕਿੱਦਾਂ ਨਰਾਦਰ ਕਰਦਾ ਤੇ ਹੇਮਕੁੰਡ ਸਾਹਿਬ ਦੇ ਅਸਥਾਨ ਤੇ ਕਹਿੰਦਾ ਹੇਮਕੁੰਡ ਤੇ ਅਸਥਾਨ ਹੀ ਨਹੀਂ ਹੈਗਾ ਜੀ ਲੈ ਦੱਸੋ ਹਜ਼ੂਰ ਸਾਹਿਬ ਦੇ ਉੱਤੇ 20 ਤਰਕ ਕਰਦਾ ਜੀ ਉਹ ਉਹਨੂੰ ਇਹ ਸਟੇਜਾਂ ਤੇ ਬੁਲਾ ਕੇ ਸਨਮਾਨਿਤ ਕਰਦੇ ਨੇ ਹੁਣ ਕੀ ਦੀ ਮੰਨੀਏ ਜੀ ਸਾਰ ਸੰਗਤ ਦਸਮਾ ਗ੍ਰੰਥ ਦੀ ਬਾਣੀ ਹੈ ਪੂਰੇ ਜੋਸ਼ ਵਾਲੀ ਜੇ ਤੁਸੀਂ ਪੜ੍ਹਾਂਗੇ ਨਾ ਤੁਹਾਨੂੰ ਅੰਦਰੋਂ ਜੋਸ਼ ਵੀਰ ਰਸ ਪਾਤਸ਼ਾਹ ਨੇ ਕਿਹਾ ਸੰਤ ਰਸ ਠਹਿਰਾਵ ਹੀ ਜ਼ਿੰਦਗੀ ਦੇ ਵਿੱਚ ਹੋਵੇ ਸਮਝ ਵੀ ਲੈਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਸੰਤ ਬਣਾਉਂਦੀ ਹੈ ਤੇ ਦਸਮੇ ਦੀ ਬਾਣੀ ਸਾਨੂੰ ਸਿਪਾਹੀ ਬਣਾਉਂਦੀ ਹੈ ਸਤਿਗੁਰੂ ਨੇ ਸਾਨੂੰ ਸੰਤ ਤੇ ਸਿਪਾਹੀ ਬਣਾਇਆ ਹੈ ਸ਼ਾਂਤ ਸੁਭਾਅ ਦਾ ਵੀ ਬਣਾਇਆ ਤੇ ਆਪਣੇ ਹੱਕਾਂ ਪ੍ਰਤੀ ਤੇ ਦੂਜੇ ਤੇ ਜ਼ੁਲਮ ਹੁੰਦਾ ਨਾ ਦੇਖਣ ਵਾਲਾ ਸਿਪਾਹੀ ਵੀ ਬਣਾਇਆ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਹੋਸ਼ ਹੈ ਤੇ ਯਾਦ ਰੱਖਿਓ ਗਿਆਨ ਹੈ ਤੇ ਦਸਮ ਦੀ ਬਾਣੀ ਕੀ ਹੈ ਉਹ ਸਾਡਾ ਜੋਸ਼ ਹੈ ਉਹ ਸਾਡਾ ਵੀਰ ਰਸ ਹੈ ਤੇ ਯਾਦ ਰੱਖਿਓ ਦਸਮ ਗ੍ਰੰਥ ਦੀ ਬਾਣੀ ਉਚਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦਾ ਕਾਰਨ ਇਹ ਸੀ ਕਿ ਮੇਰੇ ਸਿੱਖ ਕਿਤੇ ਇਕੱਲੇ ਗਿਆਨ ਔਰ ਬੰਦਗੀ ਔਰ ਕਿਤੇ ਨਾ ਕਿਤੇ ਨਾਮ ਦੇ ਵਿੱਚ ਉਲਝ ਕੇ ਨਾ ਰਹ ਜਾਣ ਇਹਨਾਂ ਨੂੰ ਬਾਹਰੀ ਗਿਆਨ ਵੀ ਜ਼ਰੂਰ ਚਾਹੀਦਾ ਹੈ ਬਾਹਰੀ ਗਿਆਨ ਵੀ ਚਾਹੀਦਾ ਹੈ ਮੈਨੂੰ ਮੇਰੀ ਬੇਨਤੀ ਨੂੰ ਸਮਝ ਲਿਓ ਅੱਜ ਬਹੁਤਾਤ ਦੇ ਵਿੱਚ ਸਿੱਖਾਂ ਨੂੰ ਅਣ ਪੜ ਤੇ ਗਵਾਰ ਨਾਨ ਟੀਚਿੰਗ ਸਮਝਿਆ ਜਾਂਦਾ ਹੈ ਜੀ ਤੇ ਜਿਹੜੇ ਸਾਡੇ ਵੱਡੇ ਅਹੁਦੇਦਾਰ ਨੇ ਜਿਹੜੇ ਸਿੱਖੀ ਦੇ ਲੋਕ ਨੇ ਉਹਨਾਂ ਨੂੰ ਅਜੇ ਤੱਕ ਇਹ ਸ਼ਰਮ ਨਹੀਂ ਆਈ ਕਿ ਸਾਡੀ ਤੇ ਹਾਲਤ ਕੀ ਹੋਈ ਪਈ ਹੈ ਗੁਰੂ ਦੇ ਰਾਗੀ ਢਾਡੀ ਪ੍ਰਚਾਰਕਾਂ ਦੀ ਹਾਲਤ ਕੀ ਹੈ ਤੇ ਅਸੀਂ ਉਹਨਾਂ ਦੇ ਚੰਗੇ ਅਕਸ਼ਨ ਨਹੀਂ ਬਣਾ ਸਕੇ ਤੇ ਅਸੀਂ ਜੇ ਸਾਡੀ ਪਹੁੰਚ ਪੈਂਦੀ ਹੈ ਅਸੀਂ ਇਹ ਪ੍ਰਚਾਰ ਨਹੀਂ ਕਰ ਸਕੇ ਵੀ ਸਿੱਖ ਇਹੋ ਜਿਹੀ ਨਹੀਂ ਹੈਗੇ ਸਿੱਖ ਵੱਡੇ ਵੱਡੇ ਅਹੁਦਿਆਂ ਤੇ ਵੀ ਨੇ ਤੇ ਸਿੱਖਾਂ ਦੀ ਸ਼ਖਸੀਅਤ ਬਹੁਤ ਹੈ ਤੇ ਸਿੱਖ ਸੰਗਤ ਜਿਹੜੀ ਹੈ ਉਹ ਬਹੁਤ ਮਹਾਨ ਹੈ ਅਸੀਂ ਇਸ ਗੱਲ ਨੂੰ ਪ੍ਰਚਾਰ ਨਹੀਂ ਸਕੇ ਸਾਰ ਸੰਗਤ ਅੱਜ ਭਾਈ ਅਮਰਿਤਪਾਲ ਸਿੰਘ ਵਰਗੇ ਬਹੁਤ ਪੜੇ ਲਿਖੇ ਨੇ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੈ ਜੀ ਹੋਰ ਸਾਡੇ ਕਿੰਨੇ ਨੌਜਵਾਨ ਨੇ ਮੈਂ ਕਿੰਨਿਆਂ ਦੇ ਨਾਂ ਲਵਾਂ ਅੱਜ ਉਹ ਜਿਨ੍ਹਾਂ ਨੇ ਦੁਨਿਆਵੀ ਪੜਾਈਆਂ ਕੀਤੀਆਂ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਪੜ੍ਹਦੇ ਨੇ ਤੇ ਦਸਮ ਦੀ ਬਾਣੀ ਵੀ ਪੜ੍ਹਦੇ ਨੇ ਉਹ ਹੋਸ਼ ਤੇ ਜੋਸ਼ ਦੇ ਨਾਲ ਚੱਲਦੇ ਨੇ ਦਸਮ ਗ੍ਰੰਥ ਦੀ ਬਾਣੀ ਸਾਨੂੰ ਜੋਸ਼ ਦਿੰਦੀ ਹੈ ਤੇ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਹੋਸ਼ ਦਿੰਦੀ ਹੈ ਸੰਤ ਬਣਾਉਂਦੀ ਹੈ ਤੇ ਗਿਆਨ ਭਰਪੂਰ ਕਰਦੀ ਹੈ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਇਹਨਾਂ ਬੇਨਤੀਆਂ ਨੂੰ ਸਾਧ ਸੰਗਤ ਇਹ ਬੇਨਤੀਆਂ ਮੈਂ ਤਾਂ ਕਰਕੇ ਕੀਤੀਆਂ ਨੇ ਭਾਈ ਅਮਰਿਤਪਾਲ ਸਿੰਘ ਵਰਗੇ ਦਸਮੇ ਦੀ ਬਾਣੀ ਦਾ ਪਾਠ ਵੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਵੀ ਕਰਦੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਤਾ ਲੱਗਿਆ ਉਹਨਾਂ ਦੇ ਮਾਤਾ ਪਿਤਾ ਨੇ ਵੀ ਦੱਸਿਆ ਉੱਥੋਂ ਦੇ ਜੇਲ੍ਹ ਪ੍ਰਸ਼ਾਸਨ ਨੇ ਵੀ ਦੱਸਿਆ ਕਿ ਭਾਈ ਉਹ ਨਿਤਨੇਮ ਵੀ ਕਰਦੇ ਰਹਿੰਦੇ ਨੇ ਤੇ ਸਾਧ ਸੰਗਤ ਦਸਮੇ ਦੀਆਂ ਪੋਥੀਆਂ ਉਹਨਾਂ ਕੋਲੇ ਮੌਜੂਦ ਨੇ ਕਾਨੂੰਨੀ ਮਾਹਰਾਂ ਜਿਹੜੇ ਉਹਨਾਂ ਦਾ ਕੇਸ ਲੈ ਰਹੇ ਨੇ ਉਹਨਾਂ ਨੇ ਇਹ ਗੱਲਾਂ ਸਾਫ਼ ਕੀਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ